ਸਿਆਣਿਆਂ ਦੇ ਕਥਨ ਸੱਚ ਹੀ ਹੁੰਦੇ ਨੇ, ਕਹਿੰਦੇ ਨੇ ਕਿ ਲੋਕਾਂ ਨੇ 12 ਘੜੀਆਂ ਦਾ ਮੀਂਹ ਨਹੀਂ ਸੀ ਝੱਲਿਆ ਅਤੇ 12 ਸਾਲਾਂ ਦੀ ਔੜ ਝੱਲ ਲਈ ਸੀ। ਇਹ ਜਿਹੜੀਆਂ ਤਸਵੀਰਾਂ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ, ਇਹ ਮੱਖੂ ਏਰੀਏ ਦੇ ਨਾਲ ਲੱਗਦੇ ਖੇਤਾਂ ਦੀਆਂ ਨੇ। ਅਸੀਂ ਮੱਖੂ ਏਰੀਏ 'ਚ ਵੱਖ ਵੱਖ ਏਰੀਏ 'ਚ ਘੁੰਮ ਕੇ ਦੇਖਿਆ ਅੱਜ, ਕਿਉਂਕਿ ਅੱਜ ਬਾਰਿਸ਼ ਜਿਹੜੀ ਆ ਸਵੇਰ ਦੀ ਹੀ ਹੋ ਰਹੀ ਆ ਅਤੇ ਬਹੁਤ ਹੀ ਜ਼ਿਆਦਾ ਬਾਰਿਸ਼ ਜਿਹੜੀ ਅੱਜ ਉਹ ਹੋਈ ਆ, ਜਿਹਨੂੰ ਕਹਿ ਸਕਦੇ ਹਾਂ ਕਿ ਬਹੁਤ ਭਾਰੀ ਜਿਹੜੀ ਬਾਰਿਸ਼ ਆ ਉਹ ਹੋਈ ਆ। ਜਿਵੇਂ ਤੁਸੀਂ ਦੇਖ ਸਕਦੇ ਹੋ ਝੋਨਾ ਲੱਗਾ ਹੋਇਆ ਸੀ ਸਾਰਾ, ਪਰ ਝੋਨਾ ਦਿਖ ਨਹੀਂ ਰਿਹਾ ਖੇਤਾਂ ਦੇ ਵਿੱਚ, ਇੰਨਾ ਪਾਣੀ ਜਿਹੜਾ ਉਹ ਖੜ੍ਹ ਗਿਆ। ਹੁਣ ਇਹਦੇ ਨਾਲ ਕਿਸਾਨਾਂ ਦੀ ਫਸਲ ਦੇ ਨੁਕਸਾਨ ਹੋਣ ਦੇ ਆਸਾਰ ਵੀ ਨੇ ਅਤੇ ਬਾਕੀ ਵਾਹਿਗੁਰੂ ਭਲੀ ਰੱਖੇ, ਅੱਗੇ ਕਿਰਪਾ ਹੀ ਕਰੇ ਵਾਹਿਗੁਰੂ। ਅਤੇ ਮੀਂਹ ਜਿਹੜਾ ਵਾ ਉਹ ਬਹੁਤ ਜ਼ਿਆਦਾ ਭਾਰੀ ਸੀ, ਜਿਹੜਾ ਅੱਜ ਕਹਿ ਸਕਦੇ ਹਾਂ ਕਿ ਜਿਹਨੇ ਇੰਨਾ ਜਲ ਥਲ ਕਰ ਦਿੱਤਾ ਸਾਰੇ। ਤੁਸੀਂ ਦੇਖ ਸਕਦੇ ਹੋ ਕਿ ਪਾਣੀ ਜਿਹੜਾ ਵਾ ਉਹ ਹੋ ਗਿਆ ਵੱਖ ਵੱਖ ਥਾਵਾਂ 'ਤੇ, ਜਿੰਨੀਆਂ ਵੀ ਥਾਵਾਂ ਕੋਈ ਨੀਵੀਆਂ ਥਾਵਾਂ ਜਿਹੜੀਆਂ ਉਹ 'ਤੇ ਬਹੁਤ ਜ਼ਿਆਦੀਆਂ ਡੁੱਬ ਗਈਆਂ, ਪਰ ਕਾਫੀ ਜ਼ਿਆਦੀਆਂ ਉੱਚੀਆਂ ਥਾਵਾਂ 'ਤੇ ਵੀ ਪਾਣੀ ਜਿਹੜਾ ਉਹ ਚੜਿਆ ਹੋਇਆ ਵਾ। ਇਹ ਜਿਹੜੀਆਂ ਸਾਰੀਆਂ ਅੱਜ ਦੀਆਂ ਤਸਵੀਰਾਂ ਨੇ ਜਿਹੜੀਆਂ ਬਾਰਿਸ਼ ਤੋਂ ਬਾਅਦ ਅਸੀਂ ਲਈਆਂ ਨੇ ਮੱਖੂ ਏਰੀਏ ਦੀਆਂ।